तनवाहे गुरु साहेब जियो वाहे गुरु गुरु रूप साहब थोड़ा जा समा अपने कोले ते मेरी बेनती जिन्ने शब्दों के हुक्म ने मैं शायद उन्हां चो कोई भी ना पढ़ सका नाम के व्यापारी ते वाह जरूर जरूर पढ़ांगे ते उस तो अलावा जिहड़े शब्द ने अगली बारी पढ़ लांगे क्योंकि पौना घंटा केवल अपने कोल है। 12:15 बजे भाई मनप्रीत सिंह कानपुरी उन्होंने कीर्तन आरंभ करना है तो अगली बारी गुरु साहब कृपा कर गुरु साहब कृपा कर अगली बारी परसों भी रात का इतने कीर्तन है 8 to 9:15 बजे तक परसों रात का भी कीर्तन है। उस समय के दौरान जिहड़े शब्द मैं अज नहीं पढ़ रहा उस दिन पढ़ लाँगे। संगतां नूं बेनती है जरूर करो कृपा उस दिन भी आने की परसों सोमवार रात को 8 to 9:15 बजे तक सतगुरु जी की कृपा नाल आओ बड़े प्यार सहित सारी कर तेरे कवन कवाना कौन कह कह गावा साहिब गुणीन दाना कवन कवाना कौन कह कह गावा साहिब गुणीन तन तेरा तू
ਪਾਤਸ਼ਾਹ ਤੋਂ ਨਾਮ ਦੀ ਦਾਤ ਮੰਗੀਏ ਕਿਤੇ ਨਾ ਹੋਵੇ ਨਾਮ ਦੀ ਦਾਤ ਮੰਗ ਕੇ ਮਿਲ ਵੀ ਜਾਵੇ ਤੇ ਤਾਂ ਵੀ ਅਸੀਂ ਖਾਲੀ ਦੇ ਖਾਲੀ ਰਹਿ ਜਾਈਏ ਪਰਸੋਂ ਚੌਥ ਸੀ ਹਜ਼ੂਰ ਸਾਹਿਬ ਦੀ ਯਾਤਰਾ ਤੇ ਭਾਈ ਅਮਨਦੀਪ ਸਿੰਘ ਨੇ ਇੱਕ ਛੋਟੀ ਜੀ ਸਾਖੀ ਸੁਣਾਈ ਕਹਿੰਦੇ ਇੱਕ ਜਲਾਹਾ ਤੇ ਜਲਾਈ ਜਾ ਰਹੇ ਨੇ
ਉਹਨਾਂ ਦਾ ਬੱਚਾ ਨਾਲ ਆ ਦੇਖਿਓ ਕੈਸੀ ਕਮਾਲ ਦੀ ਬਾਤ ਉਹਦੇ ਵਿੱਚ ਲੁਕੀ ਬੜੀ ਭਗਤੀ ਕੀਤੀ ਬੜਾ ਜਪ ਤਪ ਕੀਤਾ ਭਗਵਾਨ ਸਾਹਮਣੇ ਪ੍ਰਗਟ ਹੋਇਆ ਤੇ ਭਗਵਾਨ ਕਹਿੰਦੇ ਮੰਗੋ ਕੀ ਮੰਗਦੇ ਹੋ ਮੈਂ ਗੱਲ ਤਾਂ ਕਰ ਰਿਹਾ ਵੀ ਕਈ ਵਾਰੀ ਨਾਮ ਨੂੰ ਜਪ ਕੇ ਫਿਰ ਵੀ ਝੋਲੀਆਂ ਖਾਲੀ ਦੀਆਂ ਖਾਲੀ ਰਹਿ ਜਾਂਦੀਆਂ ਬੜਾ ਕੁਝ ਮਿਲਣ ਤੋਂ ਬਾਅਦ ਵੀ ਇਨਸਾਨ ਆਪਣੇ ਆਪ ਨੂੰ ਖਾਲੀ ਦਾ ਖਾਲੀ ਸਮਝਦਾ ਉਹ ਜੁਲਾਹਾ ਤੇ ਜੁਲਾਹੀ ਤੇ ਉਹਦਾ ਬੱਚਾ ਬੜਾ ਜਪ ਤਪ ਬੜੀ ਭਗਤੀ ਕੀਤੀ ਤੇ ਪਰਮਾਤਮਾ ਪ੍ਰਗਟ ਹੁੰਦਾ ਤੇ ਕਹਿੰਦੇ ਮੰਗੋ ਕੀ ਮੰਗਦੇ ਹੋ ਮੰਗੋ ਕੀ ਮੰਗਦੇ ਹੋ ਤੇ ਜਦੋਂ ਜੁਲਾਹੀ ਦੀ ਵਾਰੀ ਆਉਂਦੀ ਮੰਗਣ ਦੀ ਰੰਗ ਤੋਂ ਥੋੜ੍ਹੀ ਕਾਲੀ ਹੁੰਦੀ ਤੇ ਪਰਮਾਤਮਾ ਨੂੰ ਕਹਿੰਦੀ ਸੱਚੇ ਪਾਤਸ਼ਾਹ ਜੇ ਅੱਜ ਤੂੰ ਮੇਰੀ ਭਗਤੀ ਤੋਂ ਪ੍ਰਵਾਨ ਹੋ ਕੇ ਮੈਨੂੰ ਕੁਝ ਮੰਗਣ ਦੀ ਮੰਗ ਰੱਖੀ ਹੈ ਇਹ ਆਪਨੇ ਕਿਰਪਾ ਕੀਤੀ ਹੈ ਵੀ ਮੈਂ ਕੁਝ ਮੰਗ ਸਕਾਂ ਤੇ ਮੈਨੂੰ ਸੁੰਦਰ ਇਸਤਰੀ ਬਣਾ ਦਿਓ ਤੇ ਪਰਮਾਤਮਾ ਨੂੰ ਇੱਕ ਸਕਿੰਟ ਵਿੱਚ ਜਦੋਂ ਇਹ ਬਿਧ ਬਣੀ ਮਨ ਦੀ ਸੋਚ ਫੁਰਨਾ ਸਮਝ ਲਿਆ ਤੇ ਬਹੁਤ ਸੋਹਣੀ ਇਸਤਰੀ ਬਣ ਗਈ ਕੋਲੋਂ ਰਾਜਾ ਲੰਘਿਆ ਜਾਂਦਾ ਹੈ ਤੇ ਦੇਖਦਾ ਬੜੀ ਸੋਹਣੀ ਇਸਤਰੀ ਕਿਉਂ ਨਾ ਇਸ ਨੂੰ ਆਪਣੇ ਨਾਲ ਲੈ ਜਾਂ ਤੇ ਇਸਤਰੀ ਨੂੰ ਨਾਲ ਲੈ ਗਿਆ ਤੇ ਜੁਲਾਹੇ ਨੇ ਜਦੋਂ ਦੇਖਿਆ ਮੇਰੀ ਘਰਵਾਲੀ ਰਾਜੇ ਦੇ ਨਾਲ ਚੱਲਣ ਨੂੰ ਤੁਰ ਪਈ ਹੈ ਤੇ ਰਾਜਾ ਕਹਿੰਦਾ ਹੇ ਭਗਵਾਨ ਹੇ ਰਾਜਨ ਤੂੰ ਮੈਨੂੰ ਪੁੱਛਦਾ ਮੈਂ ਕੀ ਮੰਗ ਮੰਗਾਂ ਮੇਰੀ ਘਰਵਾਲੀ ਦਾ ਮੂੰਹ ਸੂਰਨੀ ਵਰਗਾ ਬਣਾ ਦਿਓ ਦੇਖਿਓ ਇਹਦੇ ਵਿੱਚੋਂ ਕੁਝ ਲੈਣਾ ਆ ਆਪਾਂ ਭਗਵਾਨ ਪ੍ਰਗਟ ਹੋਇਆ ਸਾਹਮਣੇ ਵੀ ਆਖਦੇ ਆ ਮੰਗ ਕੀ ਮੰਗਦੇ ਹੋ ਜੇ ਕੋਈ ਵਿਰਲਾ ਐਸਾ ਹੁੰਦਾ ਵੀ ਮੰਗਣ ਦੀ ਮੰਗਾਂ ਵੀ ਬਥੇਰੇ ਤਰ੍ਹਾਂ ਦੀ ਹੁੰਦੀਆਂ ਪਰ ਜਦੋਂ ਦੁਨਿਆਵੀ ਪਦਾਰਥ ਵਿੱਚ ਆ ਕੇ ਮੰਗਾਂ ਮੰਗਦੇ ਆ ਨਾ ਫਿਰ ਜਪੀ ਹੋਈ ਭਗਤੀ ਕੀਤੀ ਹੋਈ ਭਗਤੀ ਜਪਿਆ ਹੋਇਆ ਨਾਮ ਵੀ ਕਿਸੇ ਥਾਂ ਨਹੀਂ ਪੈਂਦਾ ਕਹਿੰਦਾ ਰਾਜਨ ਜੇ ਤੂੰ ਕਹਿੰਦਾ ਮੰਗ ਕੀ ਮੰਗਦਾ ਤੇ ਮੇਰੀ ਘਰਵਾਲੀ ਦਾ ਮੂੰਹ ਸੂਰਨੀ ਵਰਗਾ ਬਣਾ ਦਿਓ ਜਦੋਂ ਮੂੰਹ ਸੂਰਨੀ ਵਰਗਾ ਬਣਦਾ ਰਾਜਾ ਕੱਢ ਦਿੰਦਾ ਜਾ ਭਾਈ ਤੂੰ ਤਾਂ ਸੋਹਣੀ ਇਸਤਰੀ ਕਰਕੇ ਮੈਂ ਤੈਨੂੰ ਆਪਣੇ ਨਾਲ ਲੈ ਕੇ ਆਇਆ ਸੀ ਤੇਰਾ ਤੇ ਮੂੰਹ ਹੋਰ ਤਰ੍ਹਾਂ ਦਾ ਹੋ ਗਿਆ ਤੂੰ ਮੇਰੇ ਕੋਲ ਨਹੀਂ ਰਹਿ ਸਕਦੀ ਫਿਰ ਆ ਜਾਂਦੀ ਜੁਲਾਹੇ ਕੋਲ ਤੀਸਰੇ ਨੰਬਰ ਤੇ ਬੱਚੇ ਦੀ ਵਾਰੀ ਹੁੰਦੀ ਹੁਣ ਕਿੰਨੀਆਂ ਕੁ ਵਾਰੀਆਂ ਇੱਕ ਨੂੰ ਤੇ ਇੱਕ ਵਾਰੀ ਮਿਲਣੀ ਜਦੋਂ ਬੱਚੇ ਤੋਂ ਪੁੱਛਿਆ ਜਾਂਦਾ ਤੂੰ ਬੱਚਿਆ ਮੰਗ ਕੀ ਮੰਗਦਾ ਹੈ ਤੇ ਉਹ ਬੱਚਾ ਕਹਿੰਦਾ ਜੀ ਮੇਰੀ ਮਾਂ ਨੂੰ ਜਿਵੇਂ ਦੀ ਪਹਿਲੀ ਸੀ ਉਦਾਂ ਦਾ ਹੀ ਬਣਾ ਦੇ ਜੇ ਤੁਹਾਨੂੰ ਸਮਝ ਆਈ ਹੋਵੇ ਤੇ ਬੱਚਾ ਕਹਿੰਦਾ ਜਿਵੇਂ ਮੇਰੀ ਮਾਂ ਪਹਿਲਾਂ ਸੀ ਹੁਣ ਸੂਰਨੀ ਵਰਗਾ ਮੂੰਹ ਨਾਲ ਲੈ ਕੇ ਕੌਣ ਤੁਰੇਗਾ ਉਹ ਕਹਿੰਦਾ ਮੇਰੀ ਮਾਂ ਜਿੱਦਾਂ ਦੀ ਪਹਿਲਾਂ ਦੀ ਸੀ ਨਾ ਉਦਾਂ ਦੀ ਬਣਾ ਦਿਓ ਬਣਾਉਣਾ ਪਿਆ ਪਰਮਾਤਮਾ ਸਾਹਮਣੇ ਪ੍ਰਗਟ ਹੋਇਆ ਮੰਗ ਇਹ ਇਹ ਬੇਨਤੀ ਉਸ ਮਾਲਕ ਦੇ ਚਰਨਾਂ ਵਿੱਚ ਬੰਦਗੀ ਅਰਾਧਨਾ ਜਪ ਤਪ ਕਰਕੇ ਭਗਵਾਨ ਪ੍ਰਗਟ ਹੋਇਆ ਤੇ ਆਖਦਾ ਮੰਗ ਕੀ ਮੰਗਣਾ ਦੁਨਿਆਵੀ ਪਦਾਰਥ ਮੰਗ ਕੇ ਫਿਰ ਖਾਲੀ ਦੇ ਖਾਲੀ ਰਹਿ ਗਏ ਤੇ ਜੇ ਸਾਡੇ ਸਾਹਮਣੇ ਪ੍ਰਗਟ ਹੋਵੇ ਸੋਚ ਸਾਡੀ ਵੀ ਉਹੀ ਹੋਵੇ ਸੋਚ ਸਾਡੀ ਵੀ ਉਹੀ ਹੈ ਗੁਰੂ ਰੂਪ ਸਾਧ ਸੰਗਤ ਖਾਲੀ ਦੇ ਖਾਲੀ ਕਿਤੇ ਨਾ ਰਹਿ ਜਾਈਏ ਬੜੇ ਪਿਆਰ ਸਹਿਤ ਸ਼ਬਦ ਦੀ ਮੰਗ ਮੰਗੀਏ ਕਿਹੜੀ ਮੰਗ ਸੱਚੇ ਪਾਤਸ਼ਾਹ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰੋ ਦਿਨ ਰਾਤ ਤੇਰੀ ਉਸਤਤ ਨੂੰ ਮੈਂ ਦਿਨ ਰਾਤ ਕਰਦਾ ਰਵਾਂ ਬੜੇ ਪਿਆਰ ਨਾਲ ਕਰੋ ਕਿਰਪਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਮੇਰੇ ਜੀ ਪ੍ਰਾਣ ਸੁਖ ਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰੋ ਪ੍ਰਭ ਦਾ ਕਰੋ ਪ੍ਰਭ ਦਾ ਤੂੰ ਬਚਾ ਬਨਹਾਰਾ ਹਮ ਤੇਰੇ ਭਿਖਾਰੀ ਤਾਣ ਤੇ ਦਾਤਾਰਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਹਮ ਥਾਰੇ ਭਿਖਾਰੀ ਜੀਓ
ਬਚਾਵਣ ਹਾਰਾ ਹਮ ਤੇਰੇ ਭਿਖਾਰੀ ਤਨ ਦੇਹ ਦਾ ਤਾਰਾ ਪਾਉ ਪਰਸਾਦ ਰੰਗ ਰਸ ਕੱਟ ਅੰਦਰ ਤੂੰ ਹੈ ਸਮਾਨ ਕੱਟ ਕੱਟ ਅੰਦਰ ਤੂੰ ਹੈ ਸਮਾਨ ਕਰੋ ਦਇਆ ਕਰੋ ਠਾਕੁਰ ਪ੍ਰਭ ਮੇਰੇ
ہر کے نام کے پیاپاری پڑو نام کے پیاپاری نام کے پیاپاری
ਆਈ ਸੰਗਤ ਗੱਜ ਕੇ ਲੋਕਾਂ ਨੂੰ ਨਾਮ ਜਪਾਉਣਾ ਕਿਸੇ ਨੇ ਰੱਬ ਦੀ ਪ੍ਰਾਪਤੀ ਵੀ ਕੀਤੀ ਕਿ ਨਹੀਂ ਕਹਿੰਦੇ ਚਲ ਆਪ ਪੁੱਛਣ ਚੱਲੀਏ ਜਦ ਸਾਰੇ ਪਿੰਡ ਵਿੱਚ ਜਾ ਕੇ ਪੁੱਛਦੇ ਵੀ ਕਹਿੰਦੇ ਕਹਿੰਦੇ ਨਾਮ ਦੀ ਪ੍ਰਾਪਤੀ ਕੀਤੀ ਕਹਿੰਦੇ ਨਾਮ ਨੂੰ ਤੇ ਮੰਗਿਆ ਹੀ ਕਿਸੇ ਨੇ ਨਹੀਂ ਮੰਗੇ ਤੇ ਧਨ ਦੌਲਤ ਇੱਜ਼ਤ ਸ਼ੌਹਰਤ ਦੁੱਧ ਪੁੱਤ ਮੰਗੇ ਨਾਮ ਤੇ ਕਿਸੇ ਮੰਗਿਆ ਹੀ ਨਹੀਂ ਤੇ ਜਦ ਮੰਗਿਆ ਹੀ ਨਹੀਂ ਫਿਰ ਪ੍ਰਾਪਤੀ ਕਿੱਦਾਂ ਹੋਏਗੀ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਾਂ ਨਾਮ ਦੀ ਦਾਤ ਮੰਗੀਏ ਸਤਿਗੁਰ ਕਹਿੰਦੇ ਹੀਰਾ ਹਾਥ ਭਗਤ ਕਬੀਰ ਸਾਹਿਬ ਕਹਿੰਦੇ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਫਿਰ ਸੰਸਾਰ ਦੇ ਵਿੱਚ ਮੋਹ ਨਹੀਂ ਲਏਗਾ ਫਿਰ ਪਰਮਾਤਮਾ ਦੇ ਨਾਲ ਪਿਆਰ ਪੈ ਜਾਏਗਾ ਕੀ
ਬਾਹੋ ਬਾਹੋ ਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਓਏ ਗੋਬਿੰਦ ਸਿੰਘ ਜਪੋ ਜੀਵਾ ਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਪਾਟਾਂ ਵਾਲੇ ਗੋਬਿੰਦ ਸਿੰਘ ਜੀ ਗੋਬਿੰਦ ਸਿੰਘ ਜੀ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਗੋਬਿੰਦ ਸਿੰਘ ਬਾਹੋ ਮਨ
ਸਮਾਪਤੀ ਸਮਾਂ ਵੀ ਹੋ ਗਿਆ ਇਸ਼ਾਰਾ ਵੀ ਹੋ ਗਿਆ ਤੇ ਆਪਾਂ ਅਖੀਰਲੀਆਂ ਪੰਕਤੀਆਂ ਪਰਸੋਂ ਪੜ੍ਹ ਲੈਂਗੇ ਜਿਹੜੀਆਂ ਬਾਅਦ ਵਿੱਚ ਪੜ੍ਹਦੇ ਹੁੰਦੇ ਹਾਂ ਸਤਿਗੁਰ ਬਖਸ਼ਿਸ਼ ਕਰਨ ਸਾਡਾ ਸਭਨਾਂ ਦਾ ਕੀਤਾ ਕੀਰਤਨ ਮਾਲਕ ਜੀ ਦੀ ਦਰਗਾਹ ਵਿੱਚ ਪ੍ਰਵਾਨ ਹੋ ਸਕੇ ਇਹ ਸਭ ਨਾਲੋਂ ਉੱਤਮ ਚੀਜ਼ ਹੈ ਜੇਬਾਂ 'ਤੇ ਵੀ ਪਹੁੰਚਿਆ ਕੰਨਾਂ ਨੇ ਵੀ ਸੁਣਿਆ ਪਰ ਮਨ ਤੱਕ ਪ੍ਰਵਾਨ ਤਾਂ ਹੀ